ਪਾਕਿਸਤਾਨ ਜਿਹੜਾ ਹੈਗਾ ਹਿੰਦੂਆਂ ਦੀ ਆਸਤਾਨ ਨਾਲ ਖਿਲਵਾੜ, ਸਿੱਖਾਂ ਦੀ ਆਸਤਾਨ ਨਾਲ ਖਿਲਵਾੜ, ਕ੍ਰਿਸਚਨਾਂ ਦੀ ਆਸਤਾਨ ਨਾਲ ਖਿਲਵਾੜ, ਕਦੀ ਸਿੱਖ ਫੈਮਿਲੀ ਦੀਆਂ ਸਿੱਖ ਮੈਜੋਰਟੀ ਦੀਆਂ ਕੁੜੀਆਂ ਨੂੰ ਲੈ ਕੇ ਧਰਮ ਪਰਿਵਰਤਨ ਕਰਵਾਉਂਦੇ ਨੇ, ਜ਼ਬਰਦਸਤੀ ਨਿਕਾਹ ਕਰਵਾਉਂਦੇ ਨੇ, ਮੰਦਰਾਂ ਨਾਲ ਖਿਲਵਾੜ ਕਰਦੇ ਨੇ, ਗੁਰਦੁਆਰਿਆਂ ਨਾਲ ਖਿਲਵਾੜ ਕਰਦੇ ਨੇ, ਪੂਰੇ ਪੰਜਾਬ ਦੀ ਸੇਵਚਾਰਾਂ ਜਿਹੜੀ ਹੈਗੀ ਆ ਪਾਕਿਸਤਾਨ ਨੂੰ ਅੱਜ ਇਹ ਜਵਾਬ ਦੇਣ ਆਈ ਹੈ, ਦੇਣ ਆਈ ਹੈ। ਔਰ ਖਾਸ ਕਰਕੇ 56 ਇੰਚ ਦੇ ਵੀ ਜਿਹੜਾ ਪ੍ਰਧਾਨ ਮੰਤਰੀ ਸਾਡੇ ਮੋਦੀ ਸਾਹਿਬ, ਉਹਨਾਂ ਅੱਗੇ ਅਪੀਲ ਕਰਦੀ ਹੈ ਕਿ ਇਸ ਪਾਕਿਸਤਾਨ ਨੂੰ ਬੰਦੇ ਦਾ ਪੁੱਤਰ ਬਣਾਉਣ ਦਾ ਸਮੇਂ ਹੈਗਾ, ਕਿਉਂਕਿ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਆਤੰਕਵਾਦ ਹੈਗਾ ਉਹਦੀ ਜਨਨੀ ਜਿਹੜੀ ਹੈਗੀ ਹੈ ਪਾਕਿਸਤਾਨ ਆ। ਇਸ ਕਰਕੇ ਸੇਵਚਾਰਾਂ ਪੂਰਾ ਸਮਾਜ ਜਿਹੜਾ ਹਿੰਦੁਸਤਾਨ ਦਾ ਪੂਰਾ ਸਮਾਜ ਆ ਉਹ ਇਹਦੀਆਂ ਨੀਤੀਆਂ ਤੋਂ ਬਹੁਤ ਪਰੇਸ਼ਾਨ ਹੈ। ਹਿੰਦੁਸਤਾਨ ਦਾ ਕੋਈ ਵਿਸ਼ਵ ਦਾ ਕੋਈ ਕੋਨਾ ਨਹੀਂ ਐਸਾ ਜਿਸ ਜਗ੍ਹਾ 'ਤੇ ਪਕੜੇ ਗਏ ਬੰਬ ਵਿਸਫੋਟ ਜਿੱਥੇ ਵੀ ਹੋਏ ਨੇ ਵਿਸ਼ਵ ਦੇ ਵਿੱਚ, ਪਾਕਿਸਤਾਨ ਦੀ ISI ਦਾ ਇੱਥੋਂ ਦਾ ਜਿਹੜਾ ਆਰਮੀ ਚੀਫ ਆ ਉਹਦਾ ਨਾਂ, ਇੱਥੋਂ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹਦਾ ਨਾਂ ਵਿੱਚ ਆਉਂਦਾ। ਇਸ ਕਰਕੇ ਅੱਜ ਵਾਹਗਾ ਬਾਰਡਰ 'ਤੇ ਪੰਜਾਬ ਦੇ ਸੇਵ ਸਨਕ ਜਿਹੜੇ ਹੈਗੇ ਆ ਪ੍ਰਧਾਨ ਮੰਤਰੀ ਜੀ ਨੂੰ ਅੱਗੇ ਨਿਵੇਦਨ ਕਰਨ ਆਏ ਆ, ਰਿਕੁਐਸਟ ਕਰਨ ਆਏ ਨੇ ਔਰ ਇੱਕ ਮੰਗ ਕਰਦੇ ਪ੍ਰਧਾਨ ਮੰਤਰੀ ਅੱਗੇ ਵੀ ਹੁਣ ਸਮਾਂ ਆ ਗਿਆ ਇਸ ਪਾਕਿਸਤਾਨ ਨੂੰ, ਕਿਉਂਕਿ ਤੁਸੀਂ 56 ਇੰਚ ਸੀਨੇ ਦੀ ਗੱਲ ਕਰਦੇ ਹੋ, ਅੱਜ ਸਮਾਂ ਹੈਗਾ ਵੀ ਪਾਕਿਸਤਾਨ ਜਿਹੜਾ ਹੈਗਾ ਸਭ ਤੋਂ ਪਹਿਲੇ ਆਜ਼ਾਦ ਕਸ਼ਮੀਰ POK ਜਿਹਦੀ ਆਪਾਂ ਰੋਜ਼ ਹੀ ਗੱਲਾਂ ਕਰਦੇ ਹਾਂ TV ਦੇ ਉੱਪਰ, ਔਰ ਖਾਸ ਕਰਕੇ ਜਿਹੜਾ ਇਹ ਪਾਕਿਸਤਾਨ ਹੈ, ਜਿਹੜਾ ਪਾਕਿਸਤਾਨ ਹੈ ਜਿਸ ਤਰ੍ਹਾਂ ਇਹਦੇ ਵਿੱਚੋਂ ਬੰਗਲਾਦੇਸ਼ ਨਿਕਲਿਆ, ਇਸ ਤਰ੍ਹਾਂ ਦੇ ਛੋਟੇ ਛੋਟੇ ਟੋਟੇ ਕਰਕੇ 20 ਦੇਸ਼ ਇਹਦੇ ਵਿੱਚੋਂ ਛੋਟੇ ਛੋਟੇ ਸੂਬੇ ਕਰਕੇ ਇਹਨੂੰ ਤੋੜਨਾ ਚਾਹੀਦਾ, ਕਿਉਂਕਿ ਇਹ ਉਹ ਕੁੱਤੇ ਦੀ ਦੁੰਬ ਹੈ। 12 ਸਾਲ ਕਹਿੰਦੇ ਕੁੱਤੇ ਦੀ ਦੁੰਬ ਰੱਖੀ ਸੀ ਪਾਈਪ 'ਚ, ਲੇਕਿਨ ਅੱਜ 70-75 ਸਾਲ ਹੋ ਗਿਆ, ਇਹ ਉਹ ਕੁੱਤੇ ਦੀ ਦੁੰਬ ਹੈ, ਇਹ 75 ਸਾਲ ਇਹਦੇ 'ਤੇ ਕੋਈ ਅਸਰ ਨਹੀਂ ਹੋਇਆ। ਇਸ ਕਰਕੇ ਇਹਦਾ ਸਭ ਤੋਂ ਵੱਡਾ ਇਲਾਜ ਇਹੀ ਹੈ ਵੀ ਇਹਨੂੰ ਤੋੜਿਆ ਜਾਵੇ, ਇਹਨੂੰ ਮਰੋੜਿਆ ਜਾਵੇ, ਇਹਦੀ ਧੋਣ ਚੰਗੀ ਤਰ੍ਹਾਂ ਮਰੋੜੀ ਜਾਵੇ। ਦੂਜੀ ਗੱਲ, ਰਾਜਨੀਤਿਕ ਜਿਹੜੇ ਇਹਦੇ ਨਾਲ ਰਿਸ਼ਤੇ ਹੈਗੇ, ਵਪਾਰ ਤਾਂ ਆਪਾਂ ਖਤਮ ਕਰਤਾ ਲੇਕਿਨ ਰਾਜਨੀਤਿਕ ਰਿਸ਼ਤੇ ਵੀ ਟੋਟਲ ਪਾਕਿਸਤਾਨ ਨਾਲ ਬੰਦ ਕਰਨਾ ਚਾਹੀਦੇ। ਇੰਡੀਆ ਜਿਹੜੇ ਅੰਬੈਸਡਰ ਹਿੰਦੁਸਤਾਨ ਦੇ ਵਿੱਚ ਬਿਠਾਏ ਆ ਉਹਨਾਂ ਨੂੰ ਠੇਲਿਆਂ 'ਚ ਲੱਦ ਕੇ ਇਸ ਬਾਰਡਰ ਤੋਂ ਮਾਧਿਅਮ ਨਾਲ ਪਾਰ ਕਰਨਾ ਚਾਹੀਦਾ, ਕਿਉਂਕਿ ਜਦੋਂ ਆਪਾਂ ਕਾਰੋਬਾਰ ਕਿਸੇ ਦੇਸ਼ ਨਾਲ ਨਹੀਂ ਕਰਨਾ, ਜਿਹੜਾ ਦੇਸ਼ ਜਿਸ ਦੇਸ਼ ਦੇ ਮਨਸੂਬੇ ਹੀ ਮੇਜ਼ਾ ਹਿੰਦੁਸਤਾਨ ਦੀ ਧਰਤੀ ਨੂੰ ਰੰਗਣ ਵਾਸਤੇ ਰਹੇ ਨੇ ਵੀ ਇੱਥੇ ਖੂਨ ਖਰਾਬਾ ਕਰਨਾ, ਅੱਜ ਸਾਡੇ ਕਿੰਨੇ ਆਰਮੀ ਦੇ ਜਵਾਨ ਬਾਰਡਰ ਸਕਿਉਰਟੀ ਫੋਰਸ ਦੇ ਇਹਨਾਂ ਦੇ ਨਾਲ ਮੁਕਾਬਲੇ ਨਾਲ ਸਹਾਇਤਾ ਪਾ ਚੁੱਕੇ ਨੇ। ਬਾਰਡਰ ਦੇ ਏਰੀਏ ਦੇ ਉੱਪਰ ਦੇਖੋ ਤੁਸੀਂ, ਅੱਜ ਡਰੋਨ ਦਾ ਸਿਸਟਮ ਸ਼ੁਰੂ ਹੋ ਗਿਆ ਕਿ ਤੂੰ ਅਸਲੇ ਆ ਰਹੇ ਨੇ, ਅਤੇ ਜਦੋਂ ਸਾਨੂੰ ਪਤਾ ਵੀ ਇਹਦਾ ਇਲਾਜ ਹੀ ਇੱਕ ਆ ਤਾਂ ਫਿਰ ਆਪਾਂ ਕਿਸ ਚੀਜ਼ ਦਾ ਵੇਟ ਕਰ ਰਹੇ ਹਾਂ, ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੇ ਹਾਂ। ਇਸ ਕਰਕੇ ਸਾਡੀ ਮੰਗ ਆ ਕੇਂਦਰ ਦੀ ਮੌਜੂਦਾ ਗੌਰਮੈਂਟ ਅੱਗੇ ਵੀ ਹੁਣ ਸਮੇਂ, ਅੱਜ ਪੂਰੇ ਪੰਜਾਬ ਤੋਂ ਸ਼ਿਵ ਸੈਨਾ ਦੇ ਕਾਰਜਕਰਤਾ ਆਏ ਸੀ ਇੱਥੇ ਅਟਾਰੀ ਬਾਰਡਰ 'ਤੇ, ਅਤੇ ਜਿਨ੍ਹਾਂ ਨੂੰ ਆਪਾਂ ਪ੍ਰੋਟੋਕੋਲ ਫੋਲੋ ਕਰਦੇ ਥੋੜ੍ਹੀ ਪਿੱਛੇ ਰੋਕਿਆ, ਅਤੇ ਇੱਥੇ ਇਹਨਾਂ ਨੇ ਆਪਣਾ ਜੋ ਰੋਸ ਮੁਜ਼ਾਹਰਾ ਪਾਕਿਸਤਾਨ ਦੇ ਖਿਲਾਫ ਸੀ ਉਹ ਇਹਨਾਂ ਕੀਤਾ ਇੱਥੇ, ਅਤੇ ਹੁਣ ਇਹ ਪੂਰਾ ਕਰਕੇ ਰੋਸ ਮੁਜ਼ਾਹਰਾ ਆਪਣਾ 'ਤੇ ਜਾ ਰਹੇ ਨੇ।